ਨੂੰ ਕਿਵੇਂ ਆ ਕਾਕਸ਼ਿਤ ਅਤੇ ਮੌਸਮ ਹੋ ਗਿਆ ਖਰਾਬ, ਇੱਥੇ ਟੈਂਟ 'ਚ ਹੀ ਹਾਂ ਅੱਜ, ਐਂ ਅਸੀਂ ਸਦੇਹਾ ਨਿਕਲਾਂਗੇ ਅਤੇ ਟਾਈਮ ਹੋ ਗਿਆ 9 ਦਾ, ਅਤੇ ਬਾਹਰ ਕਿਣਮਿਣ ਜੀ ਹੋਈ ਜਾਂਦੀ ਹੈ ਜਾਂ ਬਰੀਕ ਬਰੀਕ ਬਰਫ਼ ਜੀ ਡਿੱਗੀ ਜਾਂਦੀ ਸੀ ਪਹਿਲਾਂ। ਬਾਹਰ ਦਾ ਮਾਹੌਲ ਵੀ ਤੁਹਾਨੂੰ ਦਿਖਾਉਣੇ, ਬਾਹਰ ਦਾ ਮਾਹੌਲ ਕਿਵੇਂ ਆ, ਇੱਥੋਂ ਅੱਜ ਮਾੜਾ ਜਿਹਾ ਮੌਸਮ ਸਾਫ਼ ਹੋਵੇ ਫਿਰ ਤੁਰਾਂਗੇ। ਬਾਹਰ ਦਾ ਮਾਹੌਲ ਅੱਜ ਐਂ ਹੋਇਆ ਪਿਆ, ਬੱਦਲਵਾਈ ਆ ਫੁੱਲ, ਹਵਾ ਚੱਲੀ ਜਾਂਦੀ ਹੈ ਤੇਜ਼, ਅਤੇ ਬਰਫ਼ ਡਿੱਗੀ ਗਈ ਪਹਿਲਾਂ ਬਰੀਕ ਬਰੀਕ ਜੀ, ਅਤੇ ਹੁਣ ਕਿਣ ਮਿਣ ਜੀ ਹੋਈ ਜਾਂਦੀ ਆ। ਮਾੜਾ ਜਿਹਾ ਮੌਸਮ ਸਾਫ਼ ਹੋਵੇ ਫਿਰ ਇੱਥੋਂ ਤੁਰਾਂਗੇ। ਮੌਸਮ ਖਰਾਬ ਆ ਪੂਰਾ ਅੱਜ, ਪਹਿਲਾਂ ਇਰਾਦਾ ਸੀ ਵੀ ਰੁਕੇ ਰਹੀਏ ਅੱਜ ਇੱਥੇ ਟਿਕ ਜਾਈਏ, ਪਰ ਥੋੜ੍ਹਾ ਜਿਹਾ ਹੋਇਆ ਸਾਫ਼, ਕਿਣਮਿਣ ਜੀ ਰੁਕੀ ਆ, ਕਿਰਾਂ ਕਰਦੇ ਹਾਂ ਸਮਾਨ ਇਕੱਠਾ, ਇੱਥੋਂ ਚੱਲਦੇ ਹਾਂ ਅਤੇ ਰਾਹ 'ਚ ਲੱਗਿਆ ਜ਼ਿਆਦਾ, ਫਿਰ ਰਾਹ 'ਚ ਰੁਕ ਜਾਏ ਕਿਤੇ, ਕਿਰਾਂ ਜਿੱਥੋਂ ਆਪਾਂ ਤੁਰਦੇ ਹਾਂ। ਅਤੇ ਚੁਸ਼ਲ ਰਹਿ ਗਿਆ ਇੱਥੋਂ 16 ਕਿਲੋਮੀਟਰ, ਜੇ ਚੁਸ਼ਲ ਤੱਕ ਵੀ ਪਹੁੰਚ ਗਏ ਉਦੋਂ ਬਾਅਦ ਮੌਸਮ ਖਰਾਬ ਹੁੰਦਾ, ਫਿਰ ਵੀ ਦਿੱਕਤ ਵਾਲੀ ਗੱਲ ਨਹੀਂ, ਫਿਰ ਚੁਸ਼ਲ ਰੁਕ ਜਾਵਾਂਗੇ। ਅਤੇ ਬਾਕੀ ਇਹ ਨਹੀਂ ਪਤਾ, ਹੋ ਸਕਦਾ ਅੱਗੇ ਜਾ ਕੇ ਮੌਸਮ ਸਾਫ਼ ਮਿਲ ਜਾਵੇ ਆਪਾਂ ਨੂੰ, ਅਤੇ ਕਿਰਾਂ ਇੱਥੋਂ ਤੁਰਦੇ ਹਾਂ ਆਪਾਂ ਹੁਣ, ਸਮਾਨ ਸਮੂਨ ਕਰਦੇ ਹਾਂ ਇਕੱਠਾ, ਅਤੇ ਪਾਣੀ ਕਰੀ ਜਾਂਦੇ ਹਾਂ ਗਰਮ, ਪਾਣੀ ਗਰਮ ਕਰਕੇ ਕਿਰਾਂ ਮੂੰਹ ਮਾਂਹ ਧੋ ਕੇ ਪੱਗ ਬੰਨਦੇ ਹਾਂ, ਫਿਰ ਇੱਥੋਂ ਚੱਲਦੇ ਹਾਂ। ਇਹ ਅਤੇ ਉੱਧਰ ਸਾਹਮਣੇ ਆ ਪੈਂਗੋਂਗ ਲੇਕ, ਉਹ ਤੁਹਾਨੂੰ ਥੋੜ੍ਹੀ ਜਿਹੀ ਨੇੜੇ ਵੀ ਦਿਖਾ ਦਿੰਦੇ ਹਾਂ। ਲਓ ਜੀ ਅੱਜ ਇੱਕ ਵਾਰੀ ਫਿਰ ਦੇਖ ਲਓ ਪੈਂਗੋਂਗ ਲੇਕ ਅਤੇ ਪੈਂਗੋਂਗ ਲੇਕ ਦਾ ਸਾਫ਼ ਪਾਣੀ। ਲੱਦਾਖ ਵਿੱਚ ਜਦੋਂ ਤੁਸੀਂ ਸਾਈਕਲ 'ਤੇ ਸਫ਼ਰ ਕਰਨਾ ਤਾਂ ਤੁਹਾਡੇ ਸਿਰ 'ਤੇ ਪੱਗ ਜਾਂ ਹੈਲਮਟ ਹੋਣਾ ਜ਼ਰੂਰੀ ਹੈ। ਵੈਸੇ ਇਹ ਨਹੀਂ ਕੁਛ ਆਉਂਦੇ ਕਿ ਤੁਸੀਂ ਹੈਲਮਟ ਲਓ ਜਾਂ ਪੱਗ ਬੰਨੋ, ਪਰ ਇਹ ਕਿ ਆਪਦੀ ਸੇਫਟੀ ਵਾਸਤੇ ਜ਼ਰੂਰੀ ਹੈ, ਕਿਉਂਕਿ ਉੱਤੋਂ ਕੋਈ ਛੋਟਾ ਮੋਟਾ ਪੱਥਰ ਵੀ ਡਿੱਗਿਆ ਉਹ ਬਹੁਤ ਜ਼ੋਰ ਦੀ ਹਿੱਟ ਕਰਦਾ ਤੁਹਾਡੇ ਸਿਰ 'ਤੇ। ਬਾਕੀ ਜੇ ਹੈਲਮਟ ਦੀ ਜਗ੍ਹਾ 'ਤੇ ਪੱਗ ਬੰਨੋਗੇ ਤਾਂ ਮੈਨੂੰ ਲੱਗਦਾ ਬਾਹਲੀ ਸੋਹਣੀ ਗੱਲ ਹੈ, ਕਿਉਂਕਿ ਪੱਗ ਦੀ ਬਹੁਤ ਜ਼ਿਆਦਾ ਰਿਸਪੈਕਟ ਆ, ਉਹ ਤੁਹਾਨੂੰ ਇੱਥੇ ਲੱਦਾਖ ਆ ਕੀ ਪਤਾ ਚੱਲਦਾ। ਬਹੁਤ ਥਾਂ 'ਤੇ ਐਂ ਕਹਿ ਲਓ ਵੀ ਕਿਤੇ ਰੋਟੀ ਖਾਧੀ ਆ ਜਾਂ ਕਿਤੇ ਰੁਕੇ ਹਾਂ, ਜਿੰਨੀ ਕੁ ਰਿਸਪੈਕਟ ਮਿਲੀ ਆ ਉਹ ਆਪਾਂ ਨੂੰ ਆਪਣੀ ਪੱਗ ਕਰਕੇ ਹੀ ਮਿਲੀ ਆ। ਪੱਗ ਬੰਨ ਲਈ, ਤਿਆਰ ਹੋ ਗਏ ਜਮਾਂ, ਆ ਜਾਓ ਫਿਰ ਚੱਲਦੇ ਅੱਜ ਨਵੇਂ ਸਫ਼ਰ 'ਤੇ, ਕਰੀਏ ਟੈਂਟ ਟੁੰਟ ਇਕੱਠਾ। ਦਰੱਖਤ ਦੀ ਤੁਹਾਨੂੰ ਦੱਸਿਆ, ਇਹ ਲੱਦਾਖ ਵਾਲੇ ਬਹੁਤ ਜ਼ਿਆਦਾ ਕਤਰ ਕਰਦੇ ਆ, ਕਿਉਂਕਿ ਦਰੱਖਤ ਇੱਥੇ ਮਸਾਂ ਹੁੰਦਾ। ਅਤੇ ਆ ਇੱਥੇ ਇੱਕ ਦਰੱਖਤ ਆ, ਮੈਨੂੰ ਲੱਗਦਾ ਪਿੰਡ ਦੇ ਵਿੱਚ ਹੋਰ ਕੋਈ ਇੰਨੇ ਦਰੱਖਤ ਹੈ ਨਹੀਂ ਗੇ, ਕੋਈ ਗਿਣਤੀ 'ਤੇ ਹੀ ਆ, ਮਸਾਂ ਕੋਈ 100-50 ਦਰੱਖਤ ਹੋਊਗਾ। ਅਤੇ ਇੱਥੇ ਆ ਹੈ ਨਾ, ਅਤੇ ਝੀਲ ਦੇ ਨਾਲ ਇੱਥੇ ਖੁੱਲ੍ਹੇ ਥਾਂ 'ਚ ਇੱਕ ਆਹ ਦਰੱਖਤ ਆ, ਅਤੇ ਆਹ ਦੇਖਣ ਨੂੰ ਵੀ ਜਿਵੇਂ ਵਾਰਾ ਪਸ਼ੂ ਜਿਹੜੇ ਖੁੱਲ੍ਹੇ ਛੱਡ ਦਿੰਦੇ ਨੇ, ਇਹ ਘੋੜੇ ਹੋ ਗਏ ਆਪਦੇ, ਅਤੇ ਵੀ ਪਸ਼ੂ ਸਾਡੇ ਚਾਰਨ ਆਏ ਆ ਦਰੱਖਤ ਨੂੰ ਨੁਕਸਾਨ ਨਾ ਪਹੁੰਚਾਉਣ, ਹੈ ਨਾ, ਅਤੇ ਉਹਨੂੰ ਐਂ ਵਾੜ ਕਰਕੇ ਰੱਖੀ ਹੋਈ ਚਾਰੇ ਪਾਸੇ ਵੱਟਿਆਂ ਦੀ, ਇੰਨੀ ਕੇਅਰ ਕਰਦੇ ਆ ਇਹ ਦਰੱਖਤਾਂ ਦੀ। ਇਸੇ ਦਰੱਖਤ ਦੇ ਆਸਰੇ ਕੱਲ੍ਹ ਆਪਾਂ ਡਿੱਗੇ ਰਹੇ ਹਾਂ, ਰਾਤ ਇੱਥੇ ਹਵਾ ਤੇਜ਼ ਸੀ, ਹਵਾ ਇਸ ਸਾਈਡ ਤੋਂ ਸੀਗੀ, ਅਤੇ ਦਰੱਖਤ ਕਰਕੇ ਪੂਰਾ ਬਚਾ ਰਿਹਾ, ਬਾਹਲੀ ਖੜਖੜ ਜੀ ਨਹੀਂ ਕੀਤੀ ਟੈਂਟ ਨੇ, ਅਤੇ ਪਰ ਉਹ ਰੱਸੀਆਂ ਰੁੱਸੀਆਂ ਬੰਨ੍ਹ ਕੇ ਹੁੱਕਾਂ ਲਾ ਕੇ ਉਦੋਂ ਬਾਅਦ ਪੱਥਰ ਰੱਖੇ ਸੀਗੇ, ਅਤੇ ਟੈਂਟ ਆਪਣਾ ਲਗਭਗ ਮਾੜਾ ਮੋਟਾ ਜਿਹਾ ਗਿੱਲਾ ਉੱਤੋਂ ਜੋ ਸੁੱਕ ਗਿਆ ਸਾਰਾ, ਅਤੇ ਕਰਦੇ ਹਾਂ ਸਮਾਨ ਇਕੱਠਾ ਇੱਥੋਂ, ਫਿਰ ਤੁਹਾਨੂੰ ਦੱਸਿਆ, ਅਤੇ ਕਿਰਾਂ ਤੁਰਦੇ ਹਾਂ ਅੱਗੇ ਨੂੰ। ਲਓ ਜੀ ਆਪਾਂ ਕਰ ਰਹੇ ਹਾਂ ਆਪਣਾ ਸੰਦਾ ਬੇੜਾ ਇਕੱਠਾ ਸਾਰਾ, ਅਤੇ ਟਾਈਮ ਲੈਪਸ ਲਾ ਕੇ ਰੱਖਤੇ ਕਿ ਤੁਸੀਂ ਦੇਖੋ ਟੈਂਟ ਕਿਵੇਂ ਫੋਲਡ ਹੁੰਦਾ ਗਾ। ਅਤੇ ਅੱਜ ਆਪਾਂ ਇੱਥੋਂ ਜਾ ਰਹੇ ਹਾਂ ਸਾਗਾ ਪਿੰਡ ਵਾਲੀ ਸਾਈਡ ਨੂੰ, ਹਾਨਲੇ ਨੂੰ ਚੁਸ਼ਲ ਹੋ ਕੇ ਜਾਵਾਂਗੇ, ਅਤੇ ਇਦੂ ਬਾਅਦ ਇੱਕ ਜਿਹੜੀ ਝੀਲ ਆਪਣੇ ਨਾਲ ਨਾਲ ਆ ਰਹੀ ਸੀ ਕੱਲ੍ਹ ਤੋਂ ਪੈਂਗੋਂਗ ਲੇਕ, ਉਹ ਇਦੂ ਬਾਅਦ ਚਾਈਨਾ ਦੇ ਵਿੱਚ ਐਂਟਰ ਕਰ ਜੂਗੀ, ਅਤੇ ਇਦੂ ਬਾਅਦ ਅਗਲਾ ਸਫ਼ਰ ਆਪਣਾ ਫਿਰ ਉਹੀ ਰੁੱਖੇ ਪਹਾੜਾਂ ਦੇ ਵਿੱਚ ਦੀ, ਅਤੇ ਅੱਗੇ ਤਾਂ ਦੇਖਦੇ ਹਾਂ ਰਾਹ ਰਸਤੇ ਕਿਵੇਂ ਦੇ ਆ, ਅਤੇ ਇੱਥੋਂ ਫਿਰ ਅੱਜ ਆਪਾਂ ਚੱਲਦੇ ਹਾਂ। ਟੈਂਟ ਟੁੰਟ ਇਕੱਠਾ ਕਰ ਲਿਆ, ਸਮਾਨ ਸਾਰਾ ਲੱਦ ਲਿਆ, ਅਤੇ ਮਾੜੀ ਮਾੜੀ ਧੁੱਪ ਵੀ ਨਿਕਲਦੀ ਆ, ਪਰ ਮੌਸਮ ਉਵੇਂ ਖਰਾਬ ਆ, ਬੱਦਲਵਾਈ ਆ ਪੂਰੀ, ਅਤੇ ਇੱਥੋਂ ਹੁਣ ਆਪਾਂ ਚੱਲਦੇ ਹਾਂ। ਇੱਥੇ ਲਾਇਆ ਸੀ ਟੈਂਟ, ਅਤੇ ਇੱਥੋਂ ਦਾ ਆਲਾ ਦੁਆਲਾ ਇੱਥੋਂ ਚੱਲੇ ਹਾਂ ਆਪਾਂ, ਅਤੇ
ਇੱਥੇ ਪਾਵਰ ਬੈਂਕ ਚਾਰਜ ਲਾਇਆ ਸੀ ਆਪਣਾ, ਉਹ ਚੱਕਣਾ ਹੈਗਾ, ਉਹ ਚੱਕਦੇ ਹਾਂ ਫਿਰ ਉੱਥੇ ਚੱਲਦੇ ਹਾਂ ਅੱਗੇ ਨੂੰ। ਲਓ ਜੀ, ਇਹ ਜਿਵੇਂ ਤੁਹਾਨੂੰ ਦੱਸਿਆ ਬਸ ਐਂਕੜੋਂ ਲਾਸਟ ਵਿਊ ਆ ਪੈਂਗੋਂਗ ਝੀਲ ਦਾ। ਇਦੂ ਬਾਅਦ ਜਿਹੜੀ ਇਹ ਝੀਲ ਆ ਇਹ ਚਾਈਨਾ ਦੇ ਵਿੱਚ ਐਂਟਰ ਕਰ ਜੂਗੀ। ਅਤੇ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਇੰਡੀਆ ਦੇ ਵਿੱਚ ਇਹ ਬਸ 35-40% ਇਹਦਾ ਹਿੱਸਾ ਇੰਡੀਆ ਦੇ ਵਿੱਚ ਆ, ਬਾਕੀ ਇਹ ਸਾਰੀ ਸਾਰੀ ਝੀਲ ਜਿਹੜੀ ਚਾਈਨਾ ਦੇ ਵਿੱਚ ਆ। ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਅੱਗੇ ਨੂੰ। ਚੁਸ਼ਲ ਰਹਿ ਗਿਆ 16 ਕਿਲੋਮੀਟਰ, ਅਤੇ ਇੱਕ ਹੋਰ ਨਜ਼ਾਰਾ ਪੈਂਗੋਂਗ ਲੇਕ ਦਾ, ਬਹੁਤ ਸੋਹਣਾ ਵਿਊ ਆ। ਇਸ ਸਾਈਡ ਤੋਂ ਆਪਾਂ ਆ ਰਹੇ ਹਾਂ, ਆਹ ਰਸਤਾ ਅੱਗੇ ਵੱਲ ਨੂੰ ਜਾ ਰਿਹਾ, ਅਤੇ ਇੱਥੇ ਆ ਗਏ ਦੋਨੇ ਸਾਈਡ ਬਿਲਕੁਲ ਰੁੱਖੇ ਪਹਾੜ, ਅਤੇ ਐਂ ਸੁੰਨਾ ਜਿਹਾ ਏਰੀਆ ਜਮਾਂ ਇੱਥੇ। ਅੱਜ ਕੋਈ ਆਪਾਂ ਨੂੰ ਟੂਰਿਸਟ ਨਹੀਂ ਮਿਲਿਆ ਹਜੇ ਤਾਈਂ, ਆਪਾਂ ਨੂੰ 6-7 ਕਿਲੋਮੀਟਰ ਹੋ ਗਏ ਉੱਥੋਂ ਤੁਰਿਆਂ ਨੂੰ, ਅਤੇ ਸੋਹਣਾ ਵਿਊ ਹੈ ਇੱਥੋਂ ਦਾ, ਸੋਹਣਾ ਆਲਾ ਦੁਆਲਾ, ਕਿਆ ਬਾਤ ਹੈ ਯਾਰ, ਭੈਣ ਵਿਊ ਆ। ਅਤੇ ਵਾਹਵਾ ਚੜ੍ਹਾਈ ਚੜ੍ਹ ਕੇ ਅੱਗੇ ਆਈ ਆਪਾਂ ਨੂੰ ਢਾਲ, ਅਤੇ ਢਾਲ 'ਤੇ ਫਿਰ ਸਾਈਕਲ ਜਦੋਂ ਆਪੇ ਚੱਲਦਾ ਉਦੋਂ ਥੋੜ੍ਹਾ ਨਜ਼ਾਰਾ ਆਉਂਦਾ, ਅਤੇ ਚੜ੍ਹਾਈ 'ਤੇ ਪੂਰੀ ਤਸੱਲੀ ਹੋ ਜਾਂਦੀ ਆ, ਅਤੇ ਚੜ੍ਹਾਈ 'ਤੇ ਬੋਲ ਕੇ ਵੀਡੀਓ ਵੀ ਨਹੀਂ ਬਣਾਈ ਜਾਂਦੀ ਸਾਈਕਲ 'ਤੇ ਉਨੇ ਜਦੋਂ। ਲਓ ਜੀ, ਆਪਾਂ ਪਹੁੰਚ ਗਏ ਚੁਸ਼ਲ, ਅਤੇ ਇੱਥੇ ਬੰਦ ਇੱਕ ਟੀ ਪੁਆਇੰਟ, ਅਤੇ ਆਹ ਰਸਤਾ ਜਿਹੜਾ ਇਹ ਜਾ ਰਿਹਾ ਮਾਹੇ ਨੂੰ, ਉਹ ਸਾਹਮਣੇ ਵਾਲੀ ਸਾਈਡ ਤੋਂ ਆਪਾਂ ਆਏ ਹਾਂ, ਅਤੇ ਇੱਧਰ ਨਹੀਂ ਆਪਾਂ ਜਾਣਾ ਮਾਹੇ ਨੂੰ, ਇਹ ਰਸਤਾ ਮਾਹੇ ਨੂੰ ਜਾਂਦਾ ਗਾ, ਮਾਹੇ ਬ੍ਰਿਜ ਹੋ ਗਿਆ, ਉਦੋਂ ਅੱਗੇ ਨਿਊਮਾ ਵਾਲੀ ਸਾਈਡ ਜਾਂ ਉੱਥੋਂ ਹਾਲੇ ਨੂੰ ਮੁੜ ਜਾਂਦਾ, ਅਤੇ ਆਪਾਂ ਜਾਣਾ ਆਹ ਰਸਤਾ। ਇਹ ਰਸਤਾ ਇੱਥੋਂ ਜਾਂਦਾ ਰਜਾਂਗਲਾ ਵਾਰ ਮੈਮੋਰੀਅਲ, ਅੱਗੇ ਆਉਂਦਾ ਸਾਗਾ ਪਾਸ ਅਤੇ ਸਾਗਾ ਪਿੰਡ, ਇੱਧਰ ਆਪਾਂ ਜਾਣਾ ਗਾ। ਅਤੇ ਬਾਕੀ ਇੱਥੇ ਹੋਇਆ ਪਿਆ ਮੌਸਮ ਖਰਾਬ, ਅਤੇ ਇੱਥੇ ਥੋੜ੍ਹਾ ਜਿਹਾ ਵੇਟ ਕਰਦੇ ਹਾਂ, ਜੇ ਮੌਸਮ ਥੋੜ੍ਹਾ ਜਿਹਾ ਸਾਫ਼ ਹੋ ਜਾਵੇ ਤਾਂ ਆਪਾਂ ਕੀ ਆ ਥੋੜ੍ਹੀ ਜਿਹੀ ਵਾਟ ਨਿਬੜ ਜਾਵੇ ਤਾਂ ਵਧੀਆ ਗੱਲ ਆ, ਨਹੀਂ ਫਿਰ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਇੱਥੇ ਟੈਂਟ ਲਾੜਾਂਗੇ ਆਪਾਂ ਅੱਜ ਚੂਸ਼ਲ ਹੀ, ਜੇ ਮੌਸਮ ਨਾ ਸਾਫ਼ ਹੋਇਆ ਫਿਰ ਥੋੜ੍ਹਾ ਜਿਹਾ ਇੰਤਜ਼ਾਰ ਕਰਦੇ ਹਾਂ, ਜੇ ਮੌਸਮ ਸਾਫ਼ ਹੋ ਜਾਵੇ ਤਾਂ ਸੋਹਣੀ ਗੱਲ ਆ, ਫਿਰ ਆਪਾਂ ਇੱਥੋਂ ਅੱਗੇ ਨੂੰ ਜਾਵਾਂਗੇ। ਮੌਸਮ ਥੋੜ੍ਹਾ ਜਿਹਾ ਸਾਫ਼ ਹੋ ਗਿਆ, ਹਵਾ ਚੱਲ ਪਈ, ਬੱਦਲਵਾਈ ਜੀ ਘੱਟ ਗਈ, ਚੱਲਦੇ ਹਾਂ ਹਜੇ ਟਾਈਮ ਪਿਆ, ਜੇ 30-40 ਕਿਲੋਮੀਟਰ ਵੀ ਕੱਢ ਲਿਆ ਉਹੀ ਆ। ਇਹ ਆ ਪਿੰਡ ਚੁਸ਼ਲ, ਅਤੇ ਚੁਸ਼ਲ ਤੋਂ ਆਪਾਂ ਜਾ ਰਹੇ ਹਾਂ ਹਾਨਲੇ ਵਾਲੀ ਸਾਈਡ ਨੂੰ, ਅਤੇ ਇੱਥੇ ਜੀਓ ਦਾ ਨੈਟਵਰਕ ਹੈਗਾ, ਅਤੇ ਅੱਗੇ ਕੋਈ ਨੈਟਵਰਕ ਨਹੀਂ, ਸਿਰਫ BSNL ਦਾ ਮਿਲਦਾ 2G, ਉਹ ਵੀ ਘਰ ਫੋਨ ਫਾਨ ਲਾਉਣ ਵਾਸਤੇ, ਕਾਫੀ ਆ ਇੰਟਰਨੈਟ ਵਾਲਾ ਕੰਮ, ਇਦੂ ਬਾਅਦ ਥਾਪਾ ਉਹ ਸ਼ਾਇਦ ਸੱਚੂ ਜਾ ਕੇ ਚੱਲੇ ਹੁਣ, ਬਾਕੀ ਅੱਗੇ ਜਾ ਕੇ ਪਤਾ ਲੱਗੂਗਾ ਕੀ ਮਾਹੌਲ ਆ। ਇਹ ਹੈ ਚੁਸ਼ਲ ਗਾਉਂ ਔਰ ਯਹਾਂ ਕਾ ਸੁੰਦਰ ਖੂਬਸੂਰਤ ਵਾਤਾਵਰਨ, ਕਿਆ ਬਾਤ ਹੈ, ਬਹੁਤ ਬੜੀਆ। ਚੁਸ਼ਲ 'ਚੋਂ ਬਾਹਰ ਨਿਕਲਦੇ ਥੋੜ੍ਹਾ ਕਨਫਿਊਜ਼ ਹੋ ਗਏ ਸੀ, ਆਹ ਰੋਡ ਆ ਰਹੀ ਹੈ ਚੁਸ਼ਲ ਪਿੰਡ 'ਚੋਂ, ਆਪਾਂ ਜਾਣਾ ਇੱਧਰ ਮਨਿੰਗਲਾ ਵਾਲੀ ਸਾਈਡ, ਜਿਹੜੀ ਆਹ ਰੋਡ ਆ ਇਹ ਜਾਂਦੀ ਆ ਮਾਹੇ ਨੂੰ, ਪਹਿਲਾਂ ਇੱਧਰ ਚੱਲ ਗਏ ਸੀਗੇ ਅਤੇ ਬਾਅਦ 'ਚ ਪਤਾ ਲੱਗਿਆ ਵੀ ਇਹ ਨਹੀਂ, ਆਹ ਰੋਡ ਜਾਂਦੀ ਆ, ਅਤੇ ਰੋਡ ਅੱਗੇ ਖਰਾਬ ਹੀ ਦੱਸਦੇ ਆ। ਚਲੋ ਦੇਣੇ ਆ, ਚੱਲਦੇ ਹਾਂ ਗਿਰਾਂ ਇੱਥੋਂ ਚੁਸ਼ਲ ਤੋਂ। ਚੁਸ਼ਲ ਤੋਂ ਬਾਅਦ ਸਾਰਾ ਰੋਡ ਖਰਾਬ ਦੱਸਦੇ ਆ ਰਜਾਂਗਲਾ ਤੱਕ, ਬਾਕੀ ਪਤਾ ਲੱਗੂ ਰਜਾਂਗਲਾ ਤੋਂ ਗਾਹਾਂ ਕੀ ਹਾਲ ਆ। ਅਤੇ ਰੋਡ ਦੇ ਨਾਲ ਨਾਲ ਥੋੜ੍ਹਾ ਜਿਹਾ ਮੌਸਮ ਵੀ ਖਰਾਬ ਹੋ ਰਿਹਾ, ਅਤੇ ਹੌਲੀ ਹੌਲੀ ਜਾ ਰਹੇ ਹਾਂ, ਡਰ ਆ ਵੀ ਸਾਈਕਲ ਦਾ ਨੁਕਸਾਨ ਨਾ ਕਰ ਲਈਏ। ਢਾਲ ਆ, ਚੜ੍ਹਾਈ ਠੀਕ ਹੈ, ਚੜ੍ਹਾਈ ਇੰਨੀ ਹੈ ਨਹੀਂ ਗੀ, ਪਰ ਰੋਡ ਬਹੁਤ ਜ਼ਿਆਦਾ ਗੰਦਾ ਹੈ, ਨਹੀਂ ਰੋਡ ਤਾਂ ਐਂ ਕਹੋ ਕੱਚਾ ਰਸਤਾ ਹੀ ਆ, ਕੱਚਾ ਵੀ ਹੋਵੇ ਤਾਂ ਵੀ ਚੱਲ ਜੇ, ਜਿਹੜਾ ਉੱਤੇ ਹੈ ਨਾ ਬਜਰੀ ਬੁਜਰੀ ਜੀ ਖਿਲਰੀ ਆ ਵੱਟੇ ਜੇ, ਇਹ ਕੰਮ ਖਰਾਬ ਕਰੀ ਜਾਂਦੇ ਆ। ਰਹਿ ਗਿਆ 4 ਕਿਲੋਮੀਟਰ, ਅਤੇ ਅੱਗੇ ਲੱਗਦਾ ਮੌਸਮ ਸਾਫ਼ ਆ, ਪਰ ਇੱਥੇ ਕਿਣਮਿਣ ਹੋਈ ਜਾਂਦੀ ਆ, ਅਤੇ ਰਾਹ ਬੁਰਾ ਹਾਲ ਹੀ ਆ, ਖੇਤ ਨੂੰ ਜਾਂਦੀ ਪਹੀ ਵੀ ਨਹੀਂ ਕੋਈ ਇੰਨੀ ਮਾੜੀ ਹੁੰਦੀ, ਜਿੰਨੇ ਮਾੜੇ ਰਾਹ ਇੱਥੇ ਮਿਲੀ ਜਾਂਦੇ ਅੱਜ।
पिछे अपन देख के आए रजांगला वार मेमोरियल ओदी एक अलग वीडियो बना के अलग व्लॉग बना देंगे ओदा। ते ए जड़ा रजांगला वार मेमोरियल आ ए 1962 दे जड़े शहीद होए आ चाइना दे नाल वार हुई सी इस पहाड़ी दे उपर इनू कहंदे आ रजांगला टॉप। उन्हां शहीदां दी यादगार बनी हुई आ रजांगला वार मेमोरियल ਉਹ ਆਪਾਂ ਤੁਹਾਨੂੰ ਇੱਕ ਅਲੱਗ ਵੀਡੀਓ ਵਿੱਚ ਬਣਾ ਦਿਆਂਗੇ ਅਤੇ ਅੱਗੇ ਹੋਈ ਜਾਂਦਾ ਹਨੇਰਾ ਅਤੇ ਹੁਣ ਇੱਥੋਂ ਖਿੱਚਣਾ ਵੱਧਦੇ ਹਾਂ ਅੱਗੇ ਦੇਣੇ ਅੱਜ ਸਾਗਾ ਪਹੁੰਚਦੇ ਹਾਂ ਜਾਂ ਰਸਤੇ ਦੇ ਵਿੱਚ ਕਿਤੇ ਰੁਕਦੇ ਹਾਂ ਆਪਾਂ ਸਾਗਾ ਪਿੰਡ ਨਹੀਂ ਬਟ ਮੈਨੂੰ ਲੱਗਦਾ ਮੁਸ਼ਕਲ ਆ ਪਹੁੰਚਣਾ। ਰਜਾਂਗਲਾ ਤੋਂ ਆਪਾਂ ਟੱਪਿਆ 2-3 ਕਿਲੋਮੀਟਰ ਅਤੇ ਇੱਥੇ ਇੱਕ ਜਗ੍ਹਾ ਮਿਲੀ ਜਿਹੜੀ 3 ਸਾਈਡਾਂ ਤੋਂ ਕਵਰ ਆ ਥੱਲੇ ਲੋਕ ਟਾਇਰ ਲੱਗੀ ਆ ਟੈਂਟ ਲਾ ਕੇ ਇੱਕ ਸਾਈਡ ਆਪਾਂ ਆਪਦਾ ਸਾਈਕਲ ਖਿਲਾਰ ਦਾਂਗੇ ਇੱਥੇ ਇਸ ਨੂੰ ਆਲਾ ਦੁਆਲਾ ਦੇਖ ਲਓ ਮਾੜਾ ਇੱਥੇ ਆਲਾ ਦੁਆਲਾ ਹੈਗਾ ਇਹੋ ਜਿਹਾ ये बंद पिया पता नहीं शायद कुछ आर्मी का की है ना पर वेला पिया तड़के देखांगे जो होगा तो कहना इत्थे टिकदे आ क्योंकि जे अगे जाने 8 बज गए हजे दिन थोड़ा जिहा खड़ा इत्थे थोड़ा की यानी पूरा खड़ा पर इदू बाद एकदम नेरा होगा इत्थे। बस अज दे ब्लॉग दी इत्थे करदे आपां समाप्ति कल नूं तुहानूं नवा सफर दिखावांगे। सागा पिंड पहुंचना सीगा उत्थे मुश्किल अज पहुंचा नहीं आना क्योंकि रस्ता बहुत ज्यादा खराब आ बहुत ज्यादा देखिया गल बजरी आ बस ते इत्थे दा टेंट लाउणे आपदा ते टिकदे आ इत्थे।